ਪੰਜਾਬ ਪੁਲਿਸ ਦੇ ਅਫਸਰਾਂ ਤੇ ਵਿਜੀਲੈਂਸ ਨੇ ਸ਼ਿਕੰਜਾ ਕਸਿਆ। ਸੰਗਰੂਰ ਵਿਜੀਲੈਂਸ ਨੇ 8000 ਦੀ ਰਿਸ਼ਵਤ ਲੈਂਦੇ ਏਐਸਆਈ ਨੂੰ ਕਾਬੂ ਕੀਤਾ। ਏਐਸਆਈ ਸੁਖਦੇਵ ਸਿੰਘ ਭਵਾਨੀਗੜ ਥਾਣੇ ਚ ਤੈਨਾਤ ਸੀ। ਸ਼ਿਕਾਇਤ ਤੇ ਕਾਰਵਾਈ ਕਰਨ ਦੇ ਲਈ 10000 ਰੁਪਏ ਦੀ ਰਿਸ਼ਵਤ ਏਐਸਆਈ ਸੁਖਦੇਵ ਸਿੰਘ ਨੇ ਮੰਗੀ ਸੀ। ਦਰਅਸਲ ਰਾਮਪੁਰਾ ਦੇ ਰਹਿਣ ਵਾਲੇ ਹਰਦਮ ਸਿੰਘ ਦੇ ਵੱਲੋਂ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਹਰਦਮ ਸਿੰਘ ਨੇ ਦੱਸਿਆ ਕਿ ਉਸ ਦਾ ਪਿੰਡ ਚ ਕਿਸੇ ਵਿਅਕਤੀ ਦੇ ਨਾਲ ਝਗੜਾ ਹੋਇਆ ਸੀ, ਜਿਸ ਦੇ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਜਿਸ ਬਾਅਦ ਉਹ ਸ਼ਿਕਾਇਤ ਕਰਨ ਪੁਲਿਸ ਥਾਣੇ ਗਿਆ ਸੀ। ਇੱਕ ਵਾਰ ਕਾਰਵਾਈ ਨਾ ਹੋਣ ਤੇ ਦੂਜੀ ਵਾਰ ਸ਼ਿਕਾਇਤ ਦਿੱਤੀ ਤਾਂ ਏਐਸਆਈ ਨੇ ਕਾਰਵਾਈ ਕਰਨ ਦੇ ਲਈ 10000 ਦੀ ਰਿਸ਼ਵਤ ਮੰਗੀ, ਜਿਸ ਚੋਂ 2000 ਰੁਪਏ ਮੌਕੇ ਤੇ ਹੀ ਦੇ ਦਿੱਤੇ ਗਏ ਸਨ ਤੇ ਬਾਕੀ ਦੇ 8000 ਦੇਣ ਵੇਲੇ ਵਿਜੀਲੈਂਸ ਵੱਲੋਂ ਟ੍ਰੈਪ ਲਗਾ ਕੇ ਰਿਸ਼ਵਤ ਲੈਂਦੇ ਰੰਗੇ ਹੱਥੀ ਏਐਸਆਈ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।